ਅੱਜ ਤਰਨ ਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਵਲਜੀਤ ਸਿੰਘ ਮਜੈਲ ਨੇ ਭਰਵਾ ਇਕੱਠ ਕੀਤਾ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਮਿਲਣ ਵਾਲੀਆਂ ਆਮ ਜਨਤਾ ਨੂੰ ਸਹੂਲਤਾਂ ਬਾਰੇ ਜਾਗਰੂਕ ਕਰਵਾਇਆ ਗਿਆ। ਪੱਤਰਕਾਰ ਜੀਵਨ ਜੱਜ ਦੀ ਵਿਸ਼ੇਸ਼ ਰਿਪੋਰਟ। ਇਹਨਾਂ ਲੀਡਰਾਂ ਨੂੰ ਅਸੀਂ ਦੇ ਰਹੇ ਹਾਂ, ਹੋਰ ਵੀ ਚੰਗੇ ਹੋ ਸਕੀਏ ਤਾਂ ਕਿ ਆਪਾਂ ਸਟੇਟ ਫਾਸਟ ਚੰਗੀ ਸੱਚੀ ਗਵਰਨਮੈਂਟ ਬਣਾ ਕੇ ਚੰਗੇ ਲੀਡਰ ਭੇਜੀਏ ਤਾਂ ਕਿ ਆਪਣਾ ਇਲਾਕਾ ਆਪਣਾ ਪੰਜਾਬ ਵਿਕਾਸ ਸਕੀਏ। ਇਸ ਤਰ੍ਹਾਂ ਹੋਣਗੇ ਤੁਹਾਡੇ ਬੱਚੇ ਪੜ੍ਹਨਗੇ। ਜਿਵੇਂ ਕਿ ਭਲਾਈ ਦੀ ਗੱਲ ਕੀਤੀ, ਜਿੰਨੇ ਲੀਡਰ ਜਿੰਨੇ ਰੋਟੀ ਖਾਂਦੇ ਸੀ ਸਮਾਜਵਾਦ ਆਦਮੀ, ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜ ਦਿੱਤੇ ਆ। ਉੱਥੇ ਜਾ ਕੇ ਸੈਟਲ ਹੋ ਗਏ, ਪੰਜਾਬ 'ਚ ਕੋਈ ਕੰਮ ਨਹੀਂ ਹੈਗਾ। ਉਹਨੇ ਭਰਾਓ ਸਾਡੇ ਚਾਰ ਧਾਕੇ ਮਰ ਗਏ, ਚਾਰ ਧਾਕੇ, ਇੱਕ ਧਾਕਾ ਸਾਡਾ ਗਿਆ ਅਖਬਾਰ ਦੇ ਵਿੱਚ, ਕਾਰਟੂਨਾਂ ਦੇ ਵਿੱਚ, ਬੜਾ ਚੰਗਾ ਦੁੱਖ ਹੋਇਆ ਸਾਨੂੰ, ਬੜੀ ਸਾਡੀ ਕੁਰਬਾਨੀ ਗਈ ਆ। ਦੂਜਾ ਧਾਕਾ ਗਿਆ ਸਾਡਾ ਨਸ਼ੇ ਦੇ ਵਿੱਚ, ਜੇ ਅੱਜ ਵੀ ਚੱਲ ਰਿਹਾ ਸਿੱਧਾ ਕਿਤੇ ਵੀ ਕੋਈ ਚੱਲ ਦੋ ਹਰ ਜਗ੍ਹਾ ਨਸ਼ਾ ਵਿਕ ਰਿਹਾ ਹੈ। ਅਤੇ ਆਮ ਪਾਰਟੀ ਨੂੰ ਵੋਟਾਂ ਪਾ ਕੇ ਕਾਂਗਰਸ ਕਰੋਗੇ ਕਰ ਰਹੇ ਹੋ ਅਤੇ ਕਿੰਨਾ ਕਿਸੇ ਯੋਗ ਹੈ ਤਾਂ ਲੋਕਾਂ ਦਾ ਕੀ ਮਨ ਹੈਗਾ। ਮੈਂ ਹਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ। ਦੇਖੋ, ਜਿਹੜਾ ਤੁਸੀਂ ਕੁਐਸਚਨ ਕੀਤਾ ਵਾ ਕਿ ਜਿਹੜਾ ਪਿੰਡਾਂ ਵਿੱਚ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਵਾ, ਕਿਉਂਕਿ 74 ਸਾਲ ਹੋ ਗਏ ਲੋਕਾਂ ਨੇ ਇਹ ਸਰਕਾਰਾਂ ਨੂੰ ਵੇਚਦਿਆਂ ਨੂੰ, ਕਿਉਂਕਿ ਇਹਦੇ ਵਿੱਚ ਅਕਾਲੀ ਦਲ ਨੇ ਕਿੰਨੇ ਸਾਲ ਰਾਜ ਕੀਤਾ ਉਹਦਾ ਡਾਟਾ ਅੱਜ ਕੱਲ੍ਹ ਪੂਰਾ ਨੈੱਟ 'ਤੇ ਆ। ਅੱਜ ਕੱਲ੍ਹ ਉਹ ਕਿਸੇ ਦੱਸਣ ਦੀ ਲੋੜ ਨਹੀਂ ਵੀ ਕਿੰਨੇ ਕਾਂਗਰਸ ਨੇ ਕਿੰਨਾ ਰਾਜ ਕੀਤਾ, ਅਕਾਲੀ ਦਲ ਨੇ ਕਿੰਨਾ ਰਾਜ ਕੀਤਾ। ਅਤੇ ਅੱਜ ਲੋਕਾਂ ਨੇ ਇਹਨਾਂ ਦੀਆਂ ਸਰਕਾਰਾਂ ਵੇਖੀਆਂ ਵਾ ਜਿਹਦੇ ਵਿੱਚੋਂ ਕੋਈ ਵੀ ਲੋਕਾਂ ਨੂੰ 1% ਵੀ ਕਿਸੇ ਨੂੰ ਫਾਇਦਾ ਨਹੀਂ ਹੋਇਆ, ਤਾਂ ਹੀ ਲੋਕ ਅੱਜ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਲਈ ਕੜਨੇ। ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜੀ ਅਤੇ ਗੋਲੀ ਕਾਂਡ ਹੋਇਆ, ਮੈਂ ਕਮਰਜੀਤ ਸਿੰਘ ਮਜੈਲ, ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ। ਅੱਜ ਜਿਹੜਾ ਇਕੱਠ ਅਸੀਂ ਕੀਤਾ ਗਿਆ ਹੈ ਇਹ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਕੀਤਾ ਗਿਆ ਹੈ। ਹਲਕੇ ਦੀਆਂ ਜਿੰਨੀਆਂ ਵੀ ਵਿਚਾਰਾਂ ਸੀ ਉਹ ਅੱਜ ਅਸੀਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਹੋਈਆਂ ਨੇ। ਅਤੇ ਜੋ ਅੱਜ ਇਕੱਠ ਕੀਤਾ ਗਿਆ, ਕਿੰਨੀ ਕੁ ਇੱਥੇ ਜਨਤਾ ਇਕੱਠੀ ਹੋਈ ਹੈ ਜੀ, ਕਿਹੜੇ ਕਿਹੜੇ ਪਿੰਡਾਂ 'ਚ ਜਨਤਾ? ਜਿਹੜਾ ਅੱਜ ਇੱਥੇ ਇਕੱਠ ਹੋਇਆ, ਤਕਰੀਬਨ ਹਲਕੇ ਦੇ ਸਾਰੇ ਪਿੰਡਾਂ ਤੋਂ ਲੋਕ ਇੱਥੇ ਆਏ ਹੋਏ ਸੀ। ਜਿਹੜੇ ਲੋਕ ਸਾਨੂੰ ਪਿਆਰ ਕਰਦੇ ਨੇ, ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ, ਉਹ ਸਾਰੇ ਮੇਰੇ ਵੀਰ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ ਸਾਰੀਆਂ ਹਲਕੇ ਤੋਂ ਇੱਥੇ ਪਹੁੰਚੀਆਂ ਹੋਈਆਂ ਨੇ। 2022 ਦੀ ਇਲੈਕਸ਼ਨ ਦੀ ਗੱਲ ਕਰਦੇ ਹਾਂ ਅਤੇ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚਾਹ ਬਣੋ, ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਨੂੰ ਟਿਕਟ ਮਿਲੇ ਔਰ ਹੋਰ ਵੀ ਕਈ ਟਿਕਟ 'ਤੇ ਚਾਹਵਣ ਹੈਗੇ। ਅਗਰ ਕਿਸੇ ਹੋਰ ਨੂੰ ਟਿਕਟ ਮਿਲਦੀ ਆ ਉਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਪਾਰਟੀ ਦੀਆਂ ਨੀਤੀਆਂ 'ਤੇ ਮੋਹਰ ਲਾਉਂਦਾ ਵਾਂ, ਜੋ ਕੇਜਰੀਵਾਲ ਸਾਹਿਬ ਜੀ ਨੇ ਸਾਨੂੰ ਸੇਵਾ ਸੌਂਪੀ ਆ। ਅਗਰ ਟਿਕਟ ਕਿਸੇ ਹੋਰ ਕੈਂਡੀਡੇਟ ਨੂੰ ਜਾਂ ਪਾਰਟੀ ਜਿਸ 'ਤੇ ਮੋਹਰ ਲਾਉਂਦੀ ਆ ਅਸੀਂ ਉਸ ਦੇ ਨਾਲ ਸੇਵਾ ਕਰਾਂਗੇ, ਤਨੋ ਮਨੋ ਤੁਹਾਨੂੰ ਉਹਦੇ ਨਾਲ ਆਵਾਂਗੇ ਜੀ। ਕਿਸਾਨਾਂ ਦੇ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਤਕਰੀਬਨ 10 ਮਹੀਨੇ ਹੋ ਗਏ ਆ ਕਿਸਾਨ ਦਿੱਲੀ ਦੀਆਂ ਬਰੂਹਾਂ ਮਲ ਕੇ ਬੈਠਾ ਅਤੇ ਕੇਂਦਰ ਸਰਕਾਰ ਨੂੰ ਕੋਈ ਵੀ ਫੈਸਲਾ ਨਹੀਂ ਦਿੱਤਾ ਜਾ ਰਿਹਾ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਨੇ ਉਹ ਪਹਿਲ ਦੇ ਆਧਾਰ 'ਤੇ ਮਾਫ਼ ਹੋਣੇ ਚਾਹੀਦੇ ਨੇ, ਰੱਦ ਹੋਣੇ ਚਾਹੀਦੇ ਨੇ। ਮੈਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਦਾ ਵਾਂ ਕਿ ਕਿਸਾਨਾਂ ਦੇ ਜਿਹੜੇ ਆ ਬਿੱਲ ਉਹ ਛੇਤੀ ਤੋਂ ਛੇਤੀ ਰੱਦ ਕੀਤੇ ਜਾਣੇ ਚਾਹੀਦੇ ਨੇ ਜੀ। ਜਿਹੜੀ ਬਿਜਲੀ ਦੀ ਆਪਾਂ ਗੱਲ ਕਰਦੇ ਹਾਂ, 200 ਯੂਨਿਟ ਬਿਜਲੀ ਦਿੱਲੀ ਵਿੱਚ ਮਾਫ਼ ਆ ਅਤੇ ਕੇਜਰੀਵਾਲ ਸਾਹਿਬ ਨੇ ਪੰਜਾਬ ਵਿੱਚ 300 ਯੂਨਿਟ ਮਾਫ਼ ਕਰ ਦਿੱਤੀ। ਔਰ ਇਸੇ ਹੀ ਬਿਜਲੀ ਦੇ ਮੁੱਦੇ 'ਤੇ ਕਈ ਸਿਆਸਤ ਹੋ ਰਹੀਆਂ ਵਾ, ਜਿਵੇਂ ਅਕਾਲੀ ਦਲ 400 ਯੂਨਿਟ ਕਰ ਰਿਹਾ, ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ 300 ਯੂਨਿਟ ਜਿਹੜੀ ਆ ਉਹ ਮਾਫ਼ ਕੀਤੀ ਆ ਬਿਜਲੀ ਦੀ ਜਿਹੜੀਆਂ ਯੂਨਿਟਾਂ ਨੇ। ਅਕਾਲੀ ਦਲ ਨੂੰ ਆਪਾਂ ਪਹਿਲਾਂ ਤੋਂ ਵੀ ਵੇਖ ਚੁੱਕੇ ਹਾਂ, ਪਹਿਲਾਂ ਤੋਂ ਲੋਕ ਜਿਹੜੇ ਉਹ ਸਹੂਲਤਾਂ ਲੈਣ ਵਾਸਤੇ ਦਰ ਬਦਰ ਠੋਕਰਾਂ ਖਾ ਰਹੇ ਨੇ। ਅਗਰ ਚੰਗੀ ਸਰਕਾਰ ਕੇਜਰੀਵਾਲ ਸਾਹਿਬ ਦੀ ਚੰਗੀ ਅਤੇ ਅੱਛੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆਉਂਦੀ ਆ ਅਤੇ ਇਹ ਵਾਅਦਾ ਨਹੀਂ ਹੋਏਗਾ, ਇਹ ਗਰੰਟੀ ਹੋਏਗੀ ਜਿਹਦੇ ਨਾਲ ਅਸੀਂ ਗਰੰਟੀ ਕਾਰਡ ਭਰ ਕੇ ਵੀ ਲੋਕਾਂ ਨੂੰ ਦੇ ਰਹੇ ਹਾਂ। ਜੋ ਪਿੰਡਾਂ 'ਚ ਗਰੰਟੀ ਕਾਰਡ ਵੰਡ ਰਹੇ ਜੇ, ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਜਨਤਾ ਨੂੰ? ਸਾਨੂੰ ਲਗਭਗ 100% ਪਿੰਡਾਂ ਦੇ ਵਿੱਚੋਂ ਗਰੰਟੀ ਕਾਰਡ ਲੈਣ ਵਾਸਤੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਵਾ ਔਰ ਬਿਨਾਂ ਕਿਸੇ ਰੋਕ ਟੋਕ ਤੋਂ, ਬਿਨਾਂ ਕਿਸੇ ਝਗੜੇ ਤੋਂ ਅਸੀਂ ਜਿਹੜੀ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੇ ਹਾਂ ਜੀ।